जिला हुशियारपुर के अधीन माहिलपुर विखे स्थित है डेरा बापू गंगा दास जी। इस स्थान उपर बापू गंगा दास जी ने लम्मा समा तप करके इलाके भर के लोगों नु सही रस्ते पाया। आओ तुहानू दर्शन करवांदे हां बापू गंगा दास जी दे। इस स्थान उपर डेरा बापू गंगा दास जी कमेटी वालों बाबा श्री चंद महाराज जी का 522वां अवतार पुरब बहुत ही श्रद्धा भावना नाल मनाया गया। होगी मेहरबानी मेहरबानी पीरां दी, लोको मैं दीवानी दीवानी पीरां दी। होगी मैं दीवानी दीवानी पीरां दी। होगी मैं दीवानी दीवानी पीरां दी। पीर दे नाम दी चढ़ की मस्ती भुल गई मैनू सारी हस्ती। मैनू सारी हस्ती भुल गई मैनू सारी हस्ती। पीर दे नाम दी चढ़ की मस्ती भुल गई मैनू सारी हस्ती। होगी मैं मस्तानी मस्तानी पीरां दी, लोको मैं दीवानी दीवानी पीरां दी। इस मौके ते सब तो पहला पवित्र झंडे दी रस्म नूं निभाया गया। पीर मेरे दा रूप अलाई जांदी नहीं ओ नजर हटाई। पीर मेरे दा रूप अलाई जांदी नहीं ओ नजर हटाई। सूरत सुहानी सुहानी पीरां दी, लोको मैं दीवानी दीवानी पीरां दी। दीवानी दीवानी पीरां दी, लोको मैं दीवानी दीवानी।
ਹੈ ਪੀਰਾਂ ਦੀ ਪੀਰੀ ਆ ਮੇਰੇ ਪੀਰ ਤਾਂ ਦਿਲ ਵਿੱਚ ਵਸਦੇ ਮੇਰੇ ਦਿਲ ਵਿੱਚ ਵਸਦੇ ਮੇਰੇ ਪੀਰ ਤਾਂ ਦਿਲ ਵਿੱਚ ਵਸਦੇ ਮੇਰੇ ਮੈਂ ਪੀਰਾਂ ਦੀ ਪੀਰੀ ਆ ਮੇਰੇ ਪੀਰ ਤਾਂ ਦਿਲ ਵਿੱਚ ਵਸਦੇ ਮੇਰੇ ਜਿਵੇਂ ਸੀ ਜੱਟੀ ਦਾਨੀ ਦਾਨੀ ਪੀਰਾਂ ਦੀ ਲੋਕੋ ਮੈਂ ਦੀਵਾਨੀ ਦੀਵਾਨੀ ਪੀਰਾਂ ਦੀ ਇਸ ਉਪਰੰਤ ਪਵਿੱਤਰ ਹਵਨ ਦੀ ਰਸਮ ਨੂੰ ਨਿਭਾਇਆ ਅਤੇ ਪਵਿੱਤਰ ਆਰਤੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਬਾਬਾ ਜੀ ਦੇ ਦਰਬਾਰ ਤੇ ਨਤਮਸਤਕ ਹੁੰਦਿਆਂ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਗੱਲ ਦਾ ਨਾ ਕੋਈ ਪਰਦਾ ਪੀਰਾਂ ਬਿਨ ਮੇਰਾ ਪਲ ਨੀ ਸਰਦਾ ਮੇਰੀ ਹੈ ਜਿੰਦਗਾਨੀ ਜਿੰਦਗਾਨੀ ਪੀਰਾਂ ਦੀ ਲੋਕੋ ਮੈਂ ਦੀਵਾਨੀ ਦੀਵਾਨੀ ਪੀਰਾਂ ਦੀ ਰਹਿਣ ਮਾਜਰੇ ਵਾਲਿਆ ਕਾਨੂੰ ਮਨ ਪਰਮਾ ਵਿੱਚ ਪਾ ਲਿਆ ਮਨ ਪਰਮਾ ਵਿੱਚ ਪਾ ਲਿਆ ਕਾਨੂੰ ਮਨ ਪਰਮਾ ਵਿੱਚ ਪਾ ਲਿਆ ਭੁੱਕੇ ਰਹਿਣ ਮਾਜਰੇ ਵਾਲਿਆ ਕਾਨੂੰ ਮਨ ਪਰਮਾ ਵਿੱਚ ਪਾ ਲਿਆ ਪਾ ਲੈ ਕੋ ਨਿਸ਼ਾਨੀ ਨਿਸ਼ਾਨੀ ਪੀਰਾਂ ਦੀ ਲੋਕੋ ਮੈਂ ਦੀਵਾਨੀ ਦੀਵਾਨੀ ਪੀਰਾਂ ਦੀ। ਇਸ ਮੌਕੇ ਤੇ ਇੱਕ ਸੱਭਿਆਚਾਰਕ ਸਟੇਜ ਦੀ ਆਰੰਭਤਾ ਕੀਤੀ ਗਈ ਜਿਸ ਵਿੱਚ ਵੱਖ ਵੱਖ ਨਾਮੀ ਪੰਜਾਬੀ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ। ਗੁਰੂ ਵੰਦਨਾ ਵੀ ਤੁਸੀਂ ਬਹੁਤ ਸੁਣੀ ਆਉਣਗੀਆਂ ਪਰ ਇਹ ਮੇਰੀ ਸਰਕਾਰਾਂ ਦੀ ਗੁਰੂ ਵੰਦਨਾ ਗੁਰੂ ਧਿਆਉਣਾ ਇਹੀ ਸਭ ਕੁਝ ਮੇਰੇ ਲਈ ਬ੍ਰਹਮਾ ਵਿਸ਼ਨੂੰ ਮਹੇਸ਼ ਸਰਵਿਸ ਦੀ ਸਰਸਵਤੀ ਗਣੇਸ਼ ਇਹ ਧਿਆਉਣ ਯੋਗੀ ਮੇਰੀ ਔਕਾਤ ਨੀ ਮੇਰਾ ਗੁਰੂ ਮੇਰੇ ਲਈ ਸਭ ਕੁਝ ਤੇ ਆ ਗਿਆ ਧਿਆ ਰਹੇ ਆ ਬ੍ਰਹਮਾ ਵਿਸ਼ਨੂੰ ਮਨਾਵੇ ਉਹ ਗਣੇਸ਼ ਗੁਣ ਗਾਵੇ ਬ੍ਰਹਮਾ ਵਿਸ਼ਨੂੰ ਮਨਾਵੇ ਉਹ ਮਹੇਸ਼ ਗੁਣ ਗਾਵੇ ਬ੍ਰਹਮਾ ਵਿਸ਼ਨੂੰ ਮਨਾਵੇ ਬ੍ਰਹਮਾ ਵਿਸ਼ਨੂੰ ਮਨਾਵੇ ਉਹ ਮਹੇਸ਼ ਨੂੰ ਮਨਾਵੇ ਬ੍ਰਹਮਾ
ਵੇਲਾ ਆਇਆ ਖੁਸ਼ੀਆਂ ਦਾ ਵੇਲਾ ਉਹ ਨਾ ਖੱਟਣਾ ਕੀ ਜਿਹੜੇ ਆਉਂਦੇ ਕਰਕੇ ਕਵੇਲਾ ਉਹ ਬੜਾ ਸੋਹਣਾ इस प्रोग्राम नू नेपरे चाड़न विच तन तन बापू गंगाराम जी महाराज तन तन बापू कुंभदास जी महाराज बाबा मुनिदास जी संत मक्खन सिंह जी निर्मल कुटिया टुट्टो मजारे वालियां दा आशीर्वाद रहा अति सरदार मनदीप सिंह बैंस बलदेव सिंह बैंस अवतार सिंह बैंस लेट सरदार हरिंदर सिंह बैंस लेट सरदार जरनैल सिंह बैंस परमजीत सिंह बैंस प्रदीप सिंह जसविंदर सिंह काला रत्तेवाल महंत हरिदास जी उदासीन टूनीवाले हरनेक सिंह संत जोगदास जी संत वरदास जी बाबा भाग सिंह जी छपड़ी वालियां दा विशेष योगदान रहा ਜਿਹਨੂੰ ਜਿੰਨਾ ਆਉਂਦਾ ਜਿਵੇਂ ਆਉਂਦਾ ਉਸੇ ਤਰ੍ਹਾਂ ਹਾਜ਼ਰੀ ਦਿਓ ਸੋ ਮੁਨੀ ਸੁਲਤਾਨ ਹਾਜ਼ਰੀ ਦੇ ਰਹੇ ਨੇ ਗੌਰਾਂ ਦੀਆਂ ਸਖੀਆਂ ਕੀ ਕਰ ਰਹੀ ਹੈ ਸੁਣੀ ਗੌਰਾ ਭੋਲੀਏ ਸੁਣਾਈਏ ਗੱਲ ਬਾ ਰੈਡੀ ਬਨ ਰੈਡੀ ਟੂ ਵਨ ਟੂ ਵਨ ਟੂ ਦੇ ਬਾ I'm
ਇਸ ਮੌਕੇ ਤੇ ਰਾਜ ਸਮੇਂ ਦਰਬਾਰ ਨੂੰ ਬਹੁਤ ਹੀ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਸੀ ਜਿਸ ਦਾ ਨਜ਼ਾਰਾ ਦੇਖਣ ਯੋਗ ਸੀ। ਇਸ ਮੌਕੇ ਤੇ ਰਾਤ ਸਮੇਂ ਇੱਕ ਮਹਿਫਿਲ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਪ੍ਰਸਿੱਧ ਸੂਫੀ ਗਾਇਕ ਸ਼ੌਕਤ ਮਤੋਈ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ। ਸਾਰੀ ਦੁਨੀਆ ਪਸੰਦ ਕੀਤੀ।
ਅੰਤ ਇਹ ਪਵਿੱਤਰ ਸਮਾਗਮ ਆਪਣੀਆਂ ਅਮਿਟ ਯਾਦਾਂ ਛੱਡਦਾ ਹੋਇਆ ਅਗਲੇ ਵਰੇ ਫਿਰ ਮਿਲਣ ਦੇ ਵਾਅਦੇ ਨਾਲ ਸੰਪੰਨ ਹੋਇਆ।